ਸੰਗਰੂਰ ਦੇ ਲਹਿਰਾ ਗਾਗਾ 'ਚ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ, ਜਿੱਥੇ ਕਿ ਪਿਛਲੇ ਇੱਕ ਹਫ਼ਤੇ ਤੋਂ ਬਿਜਲੀ ਟਰਾਂਸਫਾਰਮਰ ਜ਼ਮੀਨ 'ਤੇ ਰੱਖ ਕੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਸਕੂਲੀ ਬੱਚੇ ਇਸ ਦੇ ਨੇੜਿਓਂ ਹੋ ਕੇ ਲੰਘਦੇ ਨੇ। ਬਿਜਲੀ ਵਿਭਾਗ ਦੇ ਅਧਿਕਾਰੀ ਇਸ ਮੁੱਦੇ 'ਤੇ ਆਪਣਾ ਪੱਲਾ ਝਾੜਦੇ ਨਜ਼ਰ ਆਏ ਨੇ। ਮੈਂ ਜੀ ਸਰਕਾਰੀ ਸਕੂਲ ਵਿੱਚ ਪੜ੍ਹਦਾ ਜੀ, ਆਹ ਟਰਾਂਸਫਾਰਮਰ ਜੀ ਕਈ ਦਿਨ ਉੱਥੇ ਐਵੇਂ ਰੱਖਿਆ ਪਿਆ ਜੀ, ਇਹਦੀਆਂ ਤਾਰਾਂ ਜੀ ਨੰਗੀਆਂ ਨੇ ਜੀ। ਸੁਬਹਾ ਸਵੇਰੇ ਜੀ ਇੱਥੇ ਛੋਟੇ ਮੋਟੇ ਜਵਾਕ ਜੀ, ਵੱਡੇ ਛੋਟੇ ਜੀ ਖੇਡਣ ਆਉਂਦੇ ਨੇ ਜੀ, ਅਤੇ ਖੇਡਦੇ ਕਬੱਡੀ ਕਬੱਡੀ ਖੇਡਦੇ ਰਹਿੰਦੇ ਨੇ। ਬਾਈ ਚਾਂਸ ਜੀ ਆਉਂਦੇ ਜਾਂਦੇ ਨੇ, ਕਿਸੇ ਨੇ ਵੀ ਹੱਥ ਲਾ ਲਿਆ ਜੀ, ਤਾਂ ਇਹਦਾ ਜ਼ਿੰਮੇਵਾਰ ਜੀ ਪ੍ਰਸ਼ਾਸਨ ਹੋ ਸਕਦਾ ਜੀ। ਇਸ ਕਰਕੇ ਜੀ ਇਹਨੂੰ ਉੱਪਰ ਰਖਾਇਆ ਜਾਵੇ ਜੀ, ਸਾਡੀ ਤਾਂ ਇਹ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਜੀ। ਨਹੀਂ, ਇਹ ਮੈਂ ਇਸ ਸਕੂਲ ਦਾ ਇੰਚਾਰਜ ਹਾਂ, ਅਤੇ ਜਦੋਂ ਸਾਡੇ ਇੱਕ ਦਿਨ ਬਿਜਲੀ ਸਪਲਾਈ ਠੱਪ ਰਹੀ, ਸਾਰਾ ਦਿਨ ਟਰਾਂਸਫਾਰਮਰ ਖਰਾਬ ਹੋ ਗਿਆ, ਤਾਂ ਅਸੀਂ ਤੁਰੰਤ ਬਿਜਲੀ ਵਾਲਿਆਂ ਨੂੰ ਕਿਹਾ ਕਿ ਸਕੂਲ ਦੇ ਵਿੱਚ ਪਾਣੀ ਅਤੇ ਬਿਜਲੀ ਸਪਲਾਈ ਕਰਕੇ ਸਾਡਾ ਜਿਹੜਾ ਬੱਚਿਆਂ ਦਾ ਹਾਲ ਹੈ ਬਹੁਤ ਮੰਦਾ, ਪਾਣੀ ਪੀਣ ਕਰੀਆਂ ਛੋਟੇ ਬੱਚੇ ਬੜੇ ਪਰੇਸ਼ਾਨ ਹੋ ਰਹੇ ਨੇ, ਤਾਂ ਉਹ ਆਏ ਇਹਨੂੰ ਠੀਕ ਕਰਕੇ ਉਹ ਥੱਲੇ ਰੱਖ ਕੇ। ਅਸੀਂ ਗੱਲ ਵੀ ਕੀਤੀ ਸੀ ਜੀ ਸਾਹਿਬ ਨਾਲ, ਹੋਰ ਨਾਲ, ਉਹ ਕਹਿੰਦੇ ਸੀ ਅਸੀਂ ਐਸਟੀਮੇਟ ਬਣਾ ਕੇ ਜੀ ਜਲਦੀ ਸਕੂਲ ਦਾ ਜਿਹੜਾ ਟਰਾਂਸਫਾਰਮਰ ਹੈ ਉਹ ਇਹਦੇ ਅੰਦਰ ਵੱਖਰਾ ਰੱਖ ਦਾਂਗੇ ਅਤੇ ਇਹਨੂੰ ਵੱਖਰਾ ਰੱਖ ਦਾਂਗੇ, ਪਰ ਇਹਨੂੰ ਦਿਨ ਕਈ ਹੋ ਗਏ ਨੇ, 5-7 ਦਿਨ ਹੋ ਗਏ, ਹੁਣ ਤੱਕ ਉਹਨਾਂ ਨੂੰ ਕਰਕੇ ਜਾਣਾ ਚਾਹੀਦਾ ਸੀ। ਇੱਥੇ ਥੋੜ੍ਹਾ ਜਿਹਾ ਬੱਚੇ ਆਉਂਦੇ ਜਾਂਦੇ ਨੇ, ਜਦੋਂ ਹੋ ਸਕਦਾ ਕੋਈ ਬੱਚਾ ਹੱਥ ਲਾ ਲੇ ਹੋਰ ਕਰ ਲੇ, ਜਲਦੀ ਹੋਣਾ ਚਾਹੀਦਾ। ਹਾਂਜੀ, ਇਹ ਟਰਾਂਸਫਾਰਮ ਲਗਾਤਾਰ 7 ਦਿਨਾਂ ਤੋਂ ਨੀਚੇ ਪਏ ਜੀ, ਬਿਜਲੀ ਮਹਿਕਮੇ ਦੀ ਬਹੁਤ ਜ਼ਿਆਦਾ ਅਣਗਹਿਲੀ ਹੈ। ਇਹ ਚਾਹੀਦਾ ਸੀ ਐਮਰਜੈਂਸੀ, ਜੇ ਇੱਕ ਦਿਨ ਨੀਚੇ ਰੱਖ ਲਿਆ ਦੂਜੇ ਦਿਨ ਉੱਪਰ ਰੱਖਣਾ ਚਾਹੀਦਾ ਸੀ। ਹੁਣ ਡੇਲੀ ਹਰ ਰੋਜ਼ ਬੱਚੇ ਇੱਥੇ ਪੜ੍ਹਨ ਵੀ ਆਉਂਦੇ ਨੇ, ਖੇਡਣ ਵੀ ਆਉਂਦੇ ਨੇ, ਯਾਨੀ ਕਿ ਜਾਨੀ ਮਾਲੀ ਨੁਕਸਾਨ ਹੋ ਸਕਦਾ। ਕੱਲ੍ਹ ਨੂੰ ਫਿਰ ਕੌਣ ਜ਼ਿੰਮੇਵਾਰ ਇਸ ਚੀਜ਼ ਦਾ।